ਸਤਿ ਸ਼੍ਰੀ ਅਕਾਲ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਹਾਜ਼ਰ ਆ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ ਲੈ ਕੇ। ਤੁਹਾਨੂੰ ਪਤਾ ਹੀ ਹੈ ਕਿ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਦੇ ਹਾਂ ਅਸੀਂ ਤੁਹਾਡੀ ਹੈਲਥ ਦੀ, ਤੇ ਅੱਜ ਦੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਵਿਸ਼ਵ ਪ੍ਰਸਿੱਧ ਆਯੁਰਵੇਦ ਦੀ ਸਪੈਸ਼ਲਿਸਟ ਨੇ। ਆਯੁਰਵੇਦ ਤਰੀਕੇ ਦੇ ਨਾਲ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਕਰਦੇ ਨੇ, ਜਿਵੇਂ ਕਿ ਸ਼ੋਅਜ਼ ਦੇ ਵਿੱਚ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ। ਇਹ ਨਹੀਂ ਕਿ ਛੋਟੀ ਮੋਟੀ ਕਿਸੇ ਬਿਮਾਰੀ ਦੀ ਗੱਲ ਕਰਦੇ ਹਾਂ, ਅਸੀਂ ਮੇਜਰ ਤੋਂ ਮੇਜਰ ਕੋਈ ਵੀ ਬਿਮਾਰੀ ਹੈਗੀ ਹੈ ਤੁਹਾਨੂੰ, ਕੈਂਸਰ ਵਰਗੀਆਂ ਬਿਮਾਰੀਆਂ ਨੇ, ਕਿਡਨੀ ਦੀ ਜਿਵੇਂ ਕਿ ਅਸੀਂ ਲਾਸਟ ਐਪੀਸੋਡਸ ਦੇ ਵਿੱਚ ਗੱਲ ਕੀਤੀ ਸੀ, ਹੋਰ ਵੀ ਕੋਈ ਵੀ ਇੱਦਾਂ ਦੀ ਮੇਜਰ ਪ੍ਰੋਬਲਮ ਹੈਗੀ ਆ, ਤਦ ਵੀ ਆਯੁਰਵੇਦ ਤਰੀਕੇ ਦੇ ਨਾਲ ਡਾਕਟਰ ਨਵਦੀਪ ਸ਼ਰਮਾ ਵੱਲੋਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ, ਕਿਉਂਕਿ 21 ਸਾਲਾਂ ਤੋਂ ਇਹ ਖਾਸ ਕਰਕੇ ਕ੍ਰਿਟੀਕਲ ਜਿਹੜੀਆਂ ਡਿਸੀਜ਼ ਨੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਆਏ ਨੇ। ਸੋ 21 ਸਾਲ ਬਹੁਤ ਲੰਬਾ ਟਾਈਮ ਹੋ ਜਾਂਦਾ ਹੈ, ਅਤੇ ਨਾਲ ਦੀ ਨਾਲ ਦੱਸ ਦਈਏ ਕਿ 31 ਸੈਂਟਰਸ ਨੇ ਇਹਨਾਂ ਦੇ, ਇੰਡੀਆ ਦੇ ਵਿੱਚ ਵੀ ਨੇ ਅਲੱਗ ਅਲੱਗ ਜਗ੍ਹਾ 'ਤੇ, ਇਸ ਤੋਂ ਇਲਾਵਾ ਐਬਰੋਡਸ ਦੇ ਵਿੱਚ ਵੀ ਅਲੱਗ ਅਲੱਗ ਜਗ੍ਹਾ 'ਤੇ ਨੇ। ਜਿਵੇਂ ਕਿ ਸਾਡੇ ਵਿਊਅਰਸ USA ਤੋਂ ਸਾਨੂੰ ਦੇਖ ਰਹੇ ਹੋਣਗੇ, ਉਹਨਾਂ ਨੂੰ ਦੱਸ ਦਈਏ ਕਿ USA ਦੇ ਵਿਊਅਰਸ ਵਾਸਤੇ ਗੁੱਡ ਨਿਊਜ਼ ਹੈ, ਕਿਉਂਕਿ ਉੱਥੇ ਇਹਨਾਂ ਦੇ ਆਲਰੇਡੀ 4 ਸੈਂਟਰ ਨੇ, ਕੈਲੀਫੋਰਨੀਆ ਦੇ ਵਿੱਚ ਹੈ, ਨਿਊਯਾਰਕ ਦੇ ਵਿੱਚ ਹੈ, ਐਰੀਜ਼ੋਨਾ ਦੇ ਵਿੱਚ ਹੈ, ਸੀਐਟਲ ਦੇ ਵਿੱਚ ਹੈ। ਤੁਸੀਂ ਇਹਨਾਂ ਸੈਂਟਰਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਸ਼ੋਅ ਸਟਾਰਟ ਹੋ ਗਿਆ, ਸ਼ੋਅ ਚੱਲਦੇ ਵੀ ਕਾਲ ਕਰ ਸਕਦੇ ਹੋ ਅਤੇ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਪ੍ਰੋਬਲਮ ਹੈਗੀ ਹੈ ਜਿਹੜੀ ਆ, ਇਹਨਾਂ ਦੇ ਨਾਲ ਕਾਲ ਕਰਕੇ ਡਿਸਕਸ ਕਰੋ। ਸੋ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਜੀ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਜਿਵੇਂ ਕਿ ਲਾਸਟ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਤੁਹਾਡੇ ਵੱਲੋਂ ਆਊਟਡੋਰ ਦੇ ਨਾਲ ਨਾਲ ਇਨਡੋਰ ਜਿਹੜੀਆਂ ਟ੍ਰੀਟਮੈਂਟ ਉਹ ਵੀ ਦਿੱਤਾ ਜਾਂਦਾ ਹੈ, ਸੋ ਇਨਡੋਰ ਦੇ ਵਿੱਚ ਜਿਵੇਂ ਕਿ ਲਾਸਟ ਐਪੀਸੋਡ ਦੇ ਵਿੱਚ ਦੱਸਿਆ ਸੀ ਕਿ ਬਹੁਤ ਵੱਡੀ ਜਗ੍ਹਾ 'ਤੇ ਇਹਨਾਂ ਦਾ, ਦਿੱਲੀ ਦੇ ਵਿੱਚ ਵੀ ਬਹੁਤ ਵੱਡਾ ਸੈਂਟਰ ਹੈ ਜਿੱਥੇ ਕਿ ਇਨਡੋਰ ਜਿਹੜੀ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ, ਟ੍ਰੀਟਮੈਂਟ ਦਿੱਤਾ ਜਾਂਦਾ। ਲਾਸਟ ਐਪੀਸੋਡ ਦੇ ਵਿੱਚ ਅਸੀਂ ਪੰਚਕਰਮਾ ਬਾਰੇ ਗੱਲ ਕੀਤੀ ਸੀ, ਉਹਦੇ ਵਿੱਚ ਤੁਸੀਂ ਦੱਸਿਆ ਸੀ ਕਿ ਪੰਚਕਰਮਾ ਮੇਜਰ ਤੋਂ ਮੇਜਰ ਡਿਸੀਜ਼ ਜਿਹੜੀ ਹੈ ਉਹਦੇ ਲਈ ਵੀ ਬੈਨੀਫਿਸ਼ੀਅਲ ਹੁੰਦਾ ਹੈ। ਸੋ ਉਹਨਾਂ ਦੇ ਵਿੱਚ ਤੁਸੀਂ ਕੈਂਸਰ ਦੀ ਜਿਵੇਂ ਕਿ ਗੱਲ ਕੀਤੀ ਸੀ, ਕੈਂਸਰ ਦੀ ਹੀ ਅੱਜ ਆਪਾਂ ਗੱਲ ਚਲਾ ਲੈਂਦੇ ਹਾਂ ਕਿ ਕੈਂਸਰ ਦਾ ਨਾਮ ਸੁਣ ਕੇ ਹੀ ਡਰ ਜਾਂਦੇ ਨੇ ਲੋਕ, ਕਿ ਕੈਂਸਰ ਮਤਲਬ ਕਿ ਕਈਆਂ ਨੂੰ ਤਾਂ ਲੱਗਦਾ ਕਿ ਬਿਲਕੁਲ ਹੀ ਲਾ ਇਲਾਜ, ਜੇਕਰ ਚਲੋ ਫਸਟ ਸਟੇਜ 'ਤੇ ਹੈਗਾ, ਰੋਕਿਆ ਜਾ ਸਕਦਾ ਉਹਨੂੰ, ਪਰ ਬਹੁਤ ਲੰਬਾ ਟਾਈਮ ਲੱਗ ਜਾਂਦਾ, ਬਹੁਤ ਜ਼ਿਆਦਾ ਰਿਸਕੀ ਹੈਗਾ। ਸੋ ਕੈਂਸਰ ਬਾਰੇ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ। ਸੋ ਪਹਿਲਾਂ ਤਾਂ ਇਹ ਦੱਸੋ ਕਿ ਕੈਂਸਰ ਤੋਂ ਵਾਕਈ ਇੰਨਾ ਡਰਨ ਦੀ ਜ਼ਰੂਰਤ ਹੈਗੀ ਹੈ ਜਿੰਨੇ ਲੋਕ ਡਰਦੇ ਨੇ? ਦੇਖੋ, ਰੋਗ ਦੀ ਅਗਰ ਆਪਾਂ ਗੱਲ ਕਰਦੇ ਹਾਂ, ਜਿਹੜੇ ਵਿਅਕਤੀ ਨੂੰ ਇਹ ਨਾਮ ਸੁਣਨਾ ਪੈਂਦਾ ਨਾ, ਵਾਕਈ ਆਪਣੇ ਆਪ 'ਚ ਬੜਾ ਡਰਾਉਣ ਵਾਲਾ ਨਾਮ ਹੈ। ਔਰ ਅੱਧੀ ਕੁ ਜੰਗ 'ਤੇ ਇਸ ਰੋਗ ਨਾਲ ਲੜਨ ਦੀ ਵਿਅਕਤੀ ਉਸੇ ਵੇਲੇ ਹਾਰ ਜਾਂਦਾ ਵੈ ਜਦੋਂ ਉਹਨੂੰ ਪਤਾ ਚੱਲਦਾ ਵੈ ਕਿ ਮੈਨੂੰ ਕੈਂਸਰ ਹੋ ਗਿਆ ਵੈ। ਇਸ ਰੋਗ ਨੂੰ ਇੰਨਾ ਵੱਡਾ ਭਿਆਨਕ ਬਣਾ ਕੇ ਦੱਸ ਦਿੱਤਾ ਗਿਆ ਵੈ। ਉਹਦਾ ਕੁਛ ਕਾਰਨ ਹੈ ਇਸ ਰੋਗ ਦਾ ਵਾਕਈ ਭਿਆਨਕ ਹੋਣਾ, ਦੂਜਾ ਕਾਰਨ ਹੈ ਇਸ ਰੋਗ ਦੇ ਜਿਹੜੇ ਇਲਾਜ ਅੱਜ ਦੀ ਰੇਟ 'ਚ ਐਲੋਪੈਥੀ 'ਚ ਕੀਤੇ ਜਾ ਰਹੇ ਨੇ, ਕੀਮੋਥੈਰੇਪੀ, ਰੇਡੀਓਥੈਰੇਪੀ, ਉਹਨਾਂ ਨਾਲ ਹੋਣ ਵਾਲੇ ਸਾਈਡ ਇਫੈਕਟਸ ਦਾ ਬਹੁਤ ਭਿਆਨਕ ਹੋਣਾ। ਦੇਖੋ, ਬੜੀ ਵਾਰੀ ਮੈਂ ਆਪਣੇ ਮਰੀਜ਼ਾਂ ਨੂੰ ਇੱਕ ਗੱਲ ਕਰਦਾ ਵਾਂ, ਅੱਜ 21 ਸਾਲ ਹੋ ਗਏ ਮੈਨੂੰ ਕੰਮ ਕਰਦੇ ਹੋਏ, ਮੈਂ ਉਨੇ ਮਰੀਜ਼ਾਂ ਨੂੰ ਕੈਂਸਰ ਦੇ ਕਰਕੇ ਜ਼ਿੰਦਗੀ ਗਵਾਉਂਦੇ ਨਹੀਂ ਦੇਖਿਆ ਜਿੰਨੇ ਮਰੀਜ਼ਾਂ ਨੂੰ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦੇ ਸਾਈਡ ਇਫੈਕਟਸ ਕਰਕੇ ਜ਼ਿੰਦਗੀ ਗਵਾਉਂਦੇ ਦੇਖਿਆ। ਬੜਾ ਹੀ ਗੰਭੀਰ ਰੋਗ ਹੈ, ਔਰ ਮੈਂ ਨਹੀਂ ਕਹਿ ਰਿਹਾ ਕਿ ਮੈਂ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਦੇ ਬਹੁਤ ਅਗੇਂਸਟ ਹਾਂ। ਜਿੱਥੇ ਜ਼ਰੂਰਤ ਹੈ, ਸਾਨੂੰ ਨਜ਼ਰ ਆ ਰਿਹਾ ਵੈ ਕਿ 1 ਸਾਈਕਲ, 2 ਸਾਈਕਲ, 3 ਸਾਈਕਲਸ ਅੰਦਰ ਸਾਨੂੰ ਕੋਈ ਬਹੁਤ ਐਕਸਟਰਾਆਰਡਨਰੀ ਇੰਪਰੂਵਮੈਂਟ ਆ ਰਹੀ ਹੈ, ਉੱਥੇ ਤਾਂ ਜ਼ਰੂਰਤ ਹੈ ਕੀਮੋ ਰੇਡੀਓ ਦੇ ਸਾਈਡ ਇਫੈਕਟਸ ਰਹਿਣ ਦੀ, ਲੇਕਿਨ ਮੈਜੋਰਿਟੀ ਐਸਾ ਹੁੰਦਾ ਨਹੀਂ ਹੈ। ਪੇਸ਼ੈਂਟਸ ਦੀ ਅਨਨੈਸੈਸਰੀ ਕੀਮੋਥੈਰੇਪੀ, ਰੇਡੀਓਥੈਰੇਪੀ ਕੀਤੀ ਜਾਂਦੀ ਹੈ, ਔਰ ਲੋਕ ਕੈਂਸਰ ਕਰਕੇ ਉਨੇ ਖਰਾਬ ਨਹੀਂ ਹੁੰਦੇ ਜਿੰਨਾ ਇਹਨਾਂ ਥੈਰੇਪੀਸ ਕਰਕੇ ਹੋ ਜਾਂਦੇ ਨੇ। ਦੇਖੋ, ਇੱਥੇ ਸਭ ਤੋਂ ਪਹਿਲੇ ਜਾਣਨ ਦੀ ਲੋੜ ਹੈ ਕਿ ਕੈਂਸਰ ਆਖਿਰ ਹੈ ਕੀ। ਕੈਂਸਰ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ, ਦੇਖੋ, ਕੈਂਸਰ ਦੇ ਅੰਦਰ ਅਨਕੰਟਰੋਲਡ ਡਿਵੀਜ਼ਨ ਆਫ ਸੈਲਸ, ਅੱਜ ਸਾਡੀ ਬਾਡੀ ਦੇ ਅੰਦਰ ਰੂਟੀਨ 'ਚ ਵੇਅਰ ਐਂਡ ਟੀਅਰ ਚੱਲਦੀ ਹੈ, ਔਰ ਆਪਣੀ ਰਿਕੁਆਇਰਮੈਂਟ ਦੇ ਅਨੁਸਾਰ ਬਾਡੀ ਜਿਹੜੀ ਹੈ ਉਹ ਨਵੇਂ ਸੈਲਸ ਪੈਦਾ ਕਰਦੀ ਹੈ। ਲੇਕਿਨ ਅਗਰ ਉਹ ਸੈਲਸ ਬਿਨਾਂ ਕਿਸੇ ਕਾਰਨ ਤੋਂ ਪੈਦਾ ਹੋਣੇ ਸ਼ੁਰੂ ਹੋ ਜਾਣ, ਅਰਥਾਤ ਸੈਲਸ ਦੇ ਅੰਦਰ ਕੰਟੈਕਟ ਇਨਹਿਬਿਸ਼ਨ ਖਤਮ ਹੋ ਜਾਏ, ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸੈਲਸ ਦੇ ਅੰਦਰ ਇੱਕ ਜੀਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਹਾਂ ਪ੍ਰੋਟੋਨਕੋਜੀਨਸ, ਪ੍ਰੋਟੋਨਕੋਜੀਨਸ ਓਨਕੋਜੀਨਸ ਅੰਦਰ ਚੇਂਜ ਹੋ ਜਾਂਦੀਆਂ ਨੇ। ਉਹਦੇ ਨਾਲ ਕੀ ਹੁੰਦਾ ਵੈ ਕਿ ਮਰੀਜ਼ ਦੇ ਸੈਲਸ ਅੱਜ ਜਦੋਂ ਰਿਕੁਆਇਰਮੈਂਟ ਨਹੀਂ ਵੀ ਹੈ ਉਦੋਂ ਵੀ ਡਿਵਾਈਡ ਕਰਨ ਲੱਗ ਜਾਂਦੇ ਨੇ। ਬਾਡੀ ਦੇ ਅੰਦਰ ਸਾਡੇ ਇੱਕ ਲਿਮਿਟਿਡ ਸਪੇਸ ਹੈ ਜਿਹੜੀ ਕਿ ਸਾਡੀ ਬਾਡੀ ਨੂੰ ਜ਼ਿੰਦਾ ਰੱਖਣ ਵਾਲੇ ਔਰਗਨਸ ਦੇ ਵਾਸਤੇ ਹੈ। ਜਦੋਂ ਉਹ ਸਪੇਸ ਕੈਂਸਰਸ ਸੈਲਸ ਲੈਣੀ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੇ ਵੱਲੋਂ ਪਾਏ ਗਏ ਐਕਸੈਸਿਵ ਪ੍ਰੈਸ਼ਰ ਕਰਕੇ ਹੌਲੀ ਹੌਲੀ ਕਰਕੇ ਜਿਹੜੇ ਏਰੀਏ ਦਾ ਉਹ ਕੈਂਸਰ ਹੈ ਉਸ ਪਰਟੀਕੁਲਰ ਔਰਗਨ ਦਾ ਕੰਮ ਜਿਹੜਾ ਵੈ ਉਹ ਬੰਦ ਹੋ ਜਾਂਦਾ ਵੈ। ਔਰ ਅਗਰ ਉਹ ਬਾਡੀ ਦਾ ਇੱਕ ਵਾਈਟਲ ਔਰਗਨ ਹੈ
व्यक्ति नूं अपनी जान गवानी पै सकती है। इस करके कैंसर तो डरन की लोड़ है, लेकिन यह कहना कि सब प्रकार के कैंसर के अंदर पेशेंट अल्टीमेटली अपनी जिंदगी तो हाथ गवा लेगा, वो गलत है। बहुत सारे कैंसर डिफरेंट स्टेजिज के अंदर अगर पेशेंट हौसले नाल मुकाबला करता वै और एक चंगा आयुर्वेदिक इलाज उहदा कीता जांदा वै, पेशेंट ठीक हो सकता। बड़े लोग जिंदगी अपनी जिहड़ी है बचा पाते हैं इस डिजीज़ तो। सो बिल्कुल जी, कैंसर की असी गल कर रहे हैं तो कैंसर नूं लैके जिवें कि डर जांदे ने लोग, बाकी डरन की जरूरत आप कोई भी बीमारी लग जाती है हैल्थ नूं लैके असी कहीए तो मेरे ख्याल दे विच तां हैल्थ नूं लैके वैसे ही सानूं डरन की जरूरत हैगी, कॉन्शियस होने की जरूरत हैगी आ, तां कि कल नूं कोई इदां दी कोई भी भयानक बीमारी सानूं ना लग जाए कि बीमारी का सानूं पता ही ना लगे तो लास्ट स्टेज पर पहुँच जाए। फिर उस तो बाद की हो जाता कि एक तो बीमारी लग जाती है, दूसरा असी सही ट्रीटमेंट नहीं लै पाते, डॉक्टर्स कोल जाने जिदा हुणे तुसीं कीमोथैरेपी की गल की है, रेडियो थैरेपी की गल चल रही है। सो क्योंकि पेशेंट को इन्नी नॉलेज नहीं होंगी, जिदा ही डॉक्टर्स वालों सुजैसट कर दिता जाता है वह उन्होंने गलों के आ जाते हैं, उदा ही ट्रीटमेंट लैना शुरू कर देंगे ने। सो बहुत बार असी देखा है कि अद्धे लोग तो चलो बीमारी का डर होंगे ने, दूजी गल हो जाती है कि गलत ट्रीटमेंट जो सानू मिलता साड़ी प्रॉब्लम ठीक होने की जगह होर भी ज़्यादा वतनी शुरू हो जाती है। सो आयुर्वेद तरीके की असं जो गल करते हैं, क्योंकि आयुर्वेद असी भी जैसे कि तुसी भी सुने होना कि इहदे साइड इफेक्ट नहीं होंदे इन्ने, सो जो तुसी ट्रीटमेंट लैने हो बीमारी जिहड़ी आयुर्वेद दे नाल, हो सकता है कि थोड़ा जिहा टाइम ज़्यादा लग जाए पर बीमारी जड़ तो खत्म हो जाती है, दूसरी गल कि कोई साइड इफेक्ट नहीं होंदे। सो आयुर्वेद अज इन्नी तरक्की कर गया, पुराने समयां तो असीं गल करदे साडे राजा महाराजा दे टाइम तो ही आयुर्वेद तरीके दे नाल ही ट्रीटमेंट किए जाते सीगे, इहदे नाल ही सब बीमारियों का इलाज किया जाता सी। सो अज दे टाइम दे विच भी आयुर्वेद ने इन्नी ज़्यादा तरक्की कर लिया कि मेजर तो मेजर वड्डी तो वड्डी बीमारी जड़ी है उहदा ट्रीटमेंट भी किया जा सकता है। सो कैंसर वर्गी बीमारी की अज असी डिस्कशन कर रहे हैं, जेकर तुहाडा कोई अपना किसी भी इदा की कोई प्रॉब्लम हैगी है जां होर कोई भी प्रॉब्लम हैगी है, तुसीं डॉक्टर नवदीप शर्मा जी दे नाल गलबात कर सकते हो। नंबर लगातार टीवी स्क्रीन पर फ्लैश हो रहे हैं, करना की है कि इन्हां नंबर पर कॉल करनी है, फोन पर भी तुसीं इंफॉर्मेशन लै सकते हैं, नाल दी नाल जेकर सेंटर्स दे विच विजिट करना 31 सेंटर्स ने USA दे विच भी हैगे ने, तुसीं सेंटर्स दे एड्रेस भी लै सकते हो कि कित्थे जो भी तुहानूं नज़दीक पएगा उत्थे तुसीं विजिट कर लो। सो जिवें कि असीं कैंसर दी गल कर रहे हैं, आयुर्वेद दे विच असीं कैंसर दी गल करिए तो किस तरह इहदा जिहड़ा इलाज आ उह संभव हैगा? देखो आयुर्वेद च अगर आपां कैंसर दी गल कर रहे हैं, आयुर्वेद च कैंसर नूं अर्बुद कहा गया वै, बड़ा पुराना रोग है, महर्षि चरक ने भी यदा अर्बुद चिकित्सा के अंदर वर्णन किया है, यदा मतलब है कि सदियां पहले भी लोगों को यह रोग होंदा सी, और अज अगर आयुर्वेद यह कहता जाए कि हर तरह का कैंसर ठीक हो सकता वह भी झूठ है, लेकिन अगर आप कहिए कि कोई भी ठीक नहीं हो सकता वह भी गलत है। समय रेंदे अगर पेशेंट आयुर्वेद आया वै तो चाहे किसी भी टाइप का कैंसर है, अगर उस मरीज को कुछ समय है, कुछ समय तो मेरा मतलब की है, देखो बड़ी वारी आप करते हैं कि मरीज का सारा का सारा टाइम आपां कीमो रेडियोथैरेपी दे दें, फिर जो मरीज़ को यह कहता जाता है एलोपैथिक डॉक्टर वालों कि तुसी जी घर ले जा के सेवा कर लो 15 दिन महीना डेढ़ महीना जिहड़ा वै सिर्फ इन्ना ही पेशेंट के कोल टाइम है, उदों लोग आयुर्वेद वाल रुख करते हैं। उस स्टेज के उपर ठीक है, उस स्टेज पर भी कुछ पेशेंट्स नूं वधिया लाभ मिल सकता वै, लेकिन जिहड़ी सही स्टेज है वह है कि पेशेंट नूं अगर पता चलिया वै तुसीं कीमोथैरेपी करवाना चाहते हो तुसीं करवाओ, रेडियोथैरेपी करवाना चाहते हो तुसीं करवाओ, लेकिन पता चलते ही एक चंगा आयुर्वेदिक इलाज करवाना बहुत ही जरूरी है। और आपां जदों आयुर्वेदिक इलाज की गल भी कर रहे हैं इस पासे, तो मैं उस आयुर्वेदिक इलाज की गल कर रहा वां जिहड़ा कि बड़ी जल्दी काम करे, जिस तरह कि अज मान लवो एक बिल्डिंग च अग लगी है, अगर एक बिल्डिंग च अग लगी हुई है और आपां एक ग्लास दे नाल पानी पाना शुरू कर दईए, हुण टैक्निकली स्पीकिंग तो आप अग बुझाने की कोशिश कर रहे हैं, बट की कभी ग्लास के पानी नाल बिल्डिंग की अग बुझ सकती है? कभी भी नहीं बुझ सकती। बड़ी वारी जदों पेशेंट के अटेंडेंट्स उन्होंने आयुर्वेद लैके आते हैं वो भी ना उम्मीद होकर ही आते हैं कि चलो खवा के देख लें, उधरों जो आयुर्वेदिक डॉक्टर भी इलाज करता वै वो भी गिनती दियाँ कुछ हर्ब्स पेशेंट को पा देता वै कि चलो कीमोथैरेपी रेडियोथैरेपी तो पेशेंट करा ही रहा वै, ये पेशेंट को फर्क पै जाएगा, बट वह जे इलाज बिल्कुल उस तरह ही ने जिस तरह एक बिल्डिंग की अग्न पानी के ग्लास नाल बुझाने की कोशिश करना। अगर सही मायने के अंदर आप आयुर्वेदिक इलाज नाल कैंसर वर्गे रोग से जित पाना चाहते हाँ तो सानू रस औषधियों के नाल इलाज करना पैंदा वै, मतलब आयुर्वेद दियाँ मेटैलिक एंड मिनरल प्रैपरेशन सेफ तरीके अगर पेशेंट्स दित्तियां जांदियां ने
ਤੇ ਸਭ ਤੋਂ ਚੰਗਾ ਫਾਇਦਾ ਇਹਨਾਂ ਦਾ ਇਹ ਮਿਲਦਾ ਵੈ ਕਿ ਇਹ ਕੀਮੋਥੈਰੇਪੀ ਤੇ ਰੇਡੀਓਥੈਰੇਪੀ ਵਕਨ ਹੀ ਬੜੀ ਤੇਜ਼ੀ ਨਾਲ ਕੰਮ ਕਰਦੀਆਂ ਨੇ ਲੇਕਿਨ ਸਾਈਡ ਇਫੈਕਟ ਕੋਈ ਨਹੀਂ ਦਿੰਦੀਆਂ ਔਰ ਸਭ ਤੋਂ ਚੰਗੀ ਚੀਜ਼ ਇਹਨਾਂ ਦੇ ਬਾਰੇ 'ਚ ਹੈ ਵੈ ਸ਼ਾਸਤਰਾਂ 'ਚ ਲਿਖਿਆ ਗਿਆ ਕਿ ਇਹ ਸਿਲੈਕਟਿਵ ਸਕੈਵਿੰਜਿੰਗ ਕਰਦੀਆਂ ਨੇ ਸਿਲੈਕਟਿਵ ਸਕੈਵਿੰਜਿੰਗ ਦਾ ਮਤਲਬ ਕੀ ਹੈ ਕਿ ਅੱਜ ਅਗਰ ਆਪਾਂ ਕੀਮੋਥੈਰੇਪੀ ਕਰਵਾਉਂਦੇ ਹਾਂ ਦੇਖੋ ਸਾਡੇ ਸਰੀਰ ਦੇ ਮਾੜੇ ਸੈਲਸ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਾਲ ਨਾਲ ਬਹੁਤ ਸਾਰੇ ਚੰਗੇ ਸੈਲਸ ਨੂੰ ਵੀ ਨੁਕਸਾਨ ਪਹੁੰਚਾ ਦਿੰਦੀ ਹੈ ਲੇਕਿਨ ਇਹ ਜਿਹੜੀਆਂ ਪ੍ਰੈਪਰੇਸ਼ਨਸ ਨੇ ਕਿਉਂਕਿ ਇਹ ਸਿਲੈਕਟਿਵ ਸਕੈਵਿੰਜਿੰਗ ਕਰਦੀਆਂ ਨੇ ਇਸ ਕਰਕੇ ਇਹ ਸਰੀਰ ਦੇ ਚੰਗੇ ਸੈਲਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਸਿਰਫ ਤਾਂ ਸਿਰਫ ਸਰੀਰ ਦੇ ਮਾੜੇ ਸੈਲਸ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਗਰ ਆਪਾਂ ਆਪਣੀ ਮੈਡੀਸਿਨਸ ਨੂੰ ਸੈੱਲ ਦੇ ਨਿਊਕਲੀਅਸ 'ਚ ਪਹੁੰਚਾ ਸਕੀਏ ਕਿਉਂਕਿ ਦੇਖੋ ਕੈਂਸਰ ਡਿਜ਼ੀਜ਼ ਤਾਂ ਸੈੱਲ ਨਿਊਕਲੀਅਸ ਦਾ ਹੀ ਹੈ ਸੈਲਸ ਡਿਵਾਈਡ ਕਰਦੇ ਨੇ ਸੈੱਲ ਦੇ ਅੰਦਰ ਇੱਕ ਚੀਜ਼ ਹੁੰਦੀ ਜਿਹਨੂੰ ਕਹਿੰਦੇ ਹਾਂ ਆਪਾਂ ਸੈੱਲ ਨਿਊਕਲੀਅਸ ਸੈੱਲ ਨਿਊਕਲੀਅਸ ਦੇ ਅੰਦਰ ਆਪਾਂ ਮੈਡੀਸਿਨ ਅਗਰ ਪਹੁੰਚਾ ਪਾਉਂਦੇ ਹਾਂ ਆਪਣੀ ਤਾਂ ਅਨਕੰਟਰੋਲ ਡਿਵੀਜ਼ਨ ਆਫ ਜਿਹੜੀ ਸੈੱਲਸ ਆ ਉਹ ਰੁਕ ਜਾਂਦੀ ਹੈ ਆਪਾਂ ਜਦੋਂ ਕਿਸੇ ਦਾ ਇਲਾਜ ਸ਼ੁਰੂ ਕਰਦੇ ਹਾਂ ਇਸ ਚੀਜ਼ ਨੂੰ ਦੇਖਣ ਵਾਸਤੇ ਕਿ ਕੀ ਵਾਕਈ ਦਵਾਈਆਂ ਕੰਮ ਕਰ ਰਹੀਆਂ ਨੇ ਕੁਛ ਟਿਊਮਰ ਮਾਰਕਰ ਟੈਸਟ ਹੁੰਦੇ ਨੇ ਟਿਊਮਰ ਮਾਰਕਰ ਟੈਸਟ ਸਾਨੂੰ ਇਹ ਦੱਸਦੇ ਨੇ ਕਿ ਸਾਡੇ ਸਰੀਰ ਦੇ ਅੰਦਰ ਕਿਸੇ ਵੀ ਟਿਊਮਰ ਦੀ ਐਕਟੀਵਿਟੀ ਕਿੰਨੀ ਹੈ ਕਿਸ ਤੇਜ਼ੀ ਦੇ ਨਾਲ ਉਹ ਵੱਧ ਰਿਹਾ ਵਾ ਆਮ ਤੌਰ 'ਤੇ ਆਪਾਂ ਪੇਸ਼ੈਂਟਸ ਦਾ ਟਿਊਮਰ ਮਾਰਕਰ ਟੈਸਟ ਇੱਕ ਮਹੀਨੇ ਬਾਅਦ ਕੰਪੇਅਰ ਕਰਦੇ ਹਾਂ ਇਹ ਦੇਖਣ ਵਾਸਤੇ ਕਿ ਹਾਂ ਹੁਣ ਟਿਊਮਰ ਦੀ ਜਿਹੜੀ ਐਕਟੀਵਿਟੀ ਹੈ ਉਹਦੇ ਸਰੀਰ 'ਚ ਘੱਟ ਗਈ ਹੈ ਔਰ ਤਕਰੀਬਨ ਤੀਜੇ ਮਹੀਨੇ 'ਤੇ ਆਪਾਂ ਕੰਪੈਰੇਟਿਵ ਪੈਟ ਸਕੈਨ ਕਰਵਾਉਂਦੇ ਹਾਂ ਪੈਟ ਸਕੈਨ ਸਭ ਤੋਂ ਕੋਮਨ ਸਕੈਨ ਹੈ ਜਿਹੜਾ ਕਿ ਕੈਂਸਰ ਵਾਲੇ ਪੇਸ਼ੈਂਟਸ ਦਾ ਕਰਵਾਇਆ ਜਾਂਦਾ ਵੈ ਜਿਹਦੇ ਨਾਲ ਇਹ ਵੀ ਪਤਾ ਚੱਲਦਾ ਵੈ ਕਿ ਕੈਂਸਰ ਕਿੱਥੇ ਕਿੱਥੇ ਫੈਲਿਆ ਵੈ ਉਹਦੇ ਨਾਲ ਨਾਲ ਇਹ ਵੀ ਦੇਖਣ ਨੂੰ ਮਿਲਦਾ ਕਿ ਕੋਈ ਲਿੰਫ ਨੋਡਸ ਇਨਵੋਲਵਡ ਨੇ ਜਿਹਦੇ ਨਾਲ ਅੱਗੇ ਹੋਰ ਕਿਸੇ ਔਰਗਨ ਵੱਲ ਵੱਧ ਰਿਹਾ ਵੈ ਆਪਾਂ ਜਦੋਂ ਤੀਜੇ ਮਹੀਨੇ 'ਤੇ ਕੰਪੈਰੇਟਿਵ ਪੈਟ ਸਕੈਨ ਕਰਵਾਉਂਦੇ ਹਾਂ ਅਤੇ ਆਪਾਂ ਦੇਖ ਪਾਉਂਦੇ ਹਾਂ ਕਿ ਪੇਸ਼ੈਂਟ ਨੂੰ ਫਾਇਦਾ ਕਿੰਨਾ ਮਿਲਿਆ ਵੈ ਦਵਾਈਆਂ ਦੇ ਨਾਲ ਕਿਉਂਕਿ ਦੇਖੋ ਆਯੁਰਵੈਦਿਕ ਇਲਾਜ ਵੀ ਕਰਵਾਉਣ ਦਾ ਫਾਇਦਾ ਤਾਂ ਤਦ ਹੀ ਹੈ ਨਾ ਜੀ ਜੇਕਰ ਆਪਾਂ ਰਿਪੋਰਟਾਂ 'ਚ ਕੋਈ ਫਰਕ ਦੇਖ ਸਕੀਏ ਨਹੀਂ ਤਾਂ ਬਿਨਾਂ ਗੱਲ ਤੋਂ ਇੱਕ ਮਰੀਜ਼ ਨੂੰ ਕਿੰਨੀਆਂ ਕਿੰਨੀਆਂ ਦਵਾਈਆਂ ਖਵਾਉਣ ਦਾ ਕੀ ਫਾਇਦਾ ਔਰ ਸਭ ਤੋਂ ਚੰਗੀ ਚੀਜ਼ ਜਿਹੜੀ ਆਯੁਰਵੇਦ ਦੇ ਇਸ ਰਸ ਔਸ਼ਧੀ ਵਾਲੇ ਇਲਾਜ 'ਚ ਉਹ ਹੈ ਆਮ ਤੌਰ 'ਤੇ ਬੜੀ ਵਾਰੀ ਕੈਂਸਰ ਪੇਸ਼ੈਂਟ ਹੁਣ ਮੰਨ ਲਓ ਕਿਸੇ ਨੂੰ ਓਰਲ ਕੈਂਸਰ ਹੈ ਉਹਦਾ ਖਾਣਾ ਪੀਣਾ ਵੀ ਔਖਾ ਹੋ ਜਾਂਦਾ ਰੋਇਲ ਸਟਿਊਬ ਦੇ ਨਾਲ ਤਾਂ ਉਹਨੂੰ ਖਾਣਾ ਦਿੱਤਾ ਜਾ ਰਿਹਾ ਹੁੰਦਾ ਵੈ ਜਿਹੜੀਆਂ ਰਸ ਔਸ਼ਧੀਆਂ ਨੇ ਆਯੁਰਵੇਦ ਦੀਆਂ ਇਹਦੀ ਡੋਜ਼ ਬੜੀ ਘੱਟ ਹੁੰਦੀ ਹੈ ਜਿਹਦੇ ਨਾਲ ਇਹ ਹੋ ਜਾਂਦਾ ਕਿ ਪੇਸ਼ੈਂਟ ਨੂੰ ਕੋਈ ਕੌੜੇ ਕਾੜੇ ਨਹੀਂ ਪੀਣੇ ਪੈਂਦੇ ਕੋਈ ਬੜੀਆਂ ਫੈਲੀਆਂ ਫੈਲਾਵਦਾਰ ਦਵਾਈਆਂ ਨਹੀਂ ਖਾਣਾ ਪੈਂਦੀਆਂ ਬੜੀ ਥੋੜ੍ਹੀ ਜਿਹੀ ਡੋਜ਼ 'ਚ ਦਵਾਈ ਖਾ ਕੇ ਪੇਸ਼ੈਂਟ ਇਸ ਰੋਗ 'ਤੇ ਜਿੱਤ ਪਾ ਸਕਦਾ ਵੈ ਔਰ ਜਿਹੜੇ ਪੇਸ਼ੈਂਟਸ ਐਸੇ ਨੇ ਜਿਹੜੇ ਕਿ ਬਹੁਤ ਕ੍ਰਿਟੀਕਲ ਹੋ ਚੁੱਕੇ ਨੇ ਉਹਨਾਂ ਨੂੰ ਆਪਾਂ ਇਨਡੋਰ ਰੱਖ ਕੇ ਆਪਣੇ ਕੋਲ ਇਲਾਜ ਕਰਵਾਉਂਦੇ ਹਾਂ ਜੀ ਕੈਂਸਰ ਦੇ ਅੰਦਰ ਜੀ ਸੋ ਬਿਲਕੁਲ ਜੀ ਕੈਂਸਰ ਦੀ ਅੱਜ ਗੱਲ ਚੱਲ ਰਹੀ ਹੈ ਜਿਸ ਨੂੰ ਲੈ ਕੇ ਲੋਕ ਬੜੇ ਡਰ ਜਾਂਦੇ ਨੇ ਉਹਦਾ ਟ੍ਰੀਟਮੈਂਟ ਜਿਹੜਾ ਆਯੁਰਵੇਦ ਦੇ ਜ਼ਰੀਏ ਜਿਹੜਾ ਸੰਭਵ ਹੈਗਾ ਹੈ ਕਿਸ ਤਰ੍ਹਾਂ ਕਰਨਾ ਹੈਗਾ ਆ ਕਿੱਦਾਂ ਦੀ ਤੁਹਾਡੀ ਬਿਮਾਰੀ ਕਿਸ ਸਟੇਜ 'ਤੇ ਪਹੁੰਚ ਚੁੱਕੀ ਹੈ ਇਹ ਸਾਰਾ ਕੁਛ ਤੁਹਾਨੂੰ ਡਿਸਕਸ ਕਰਨਾ ਪਏਗਾ ਇਹਨਾਂ ਦੇ ਨਾਲ ਨੰਬਰ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰੋ ਜੇਕਰ ਆਲਰੇਡੀ ਤੁਸੀਂ ਟੈਸਟ ਕਰਵਾ ਲਏ ਨੇ ਤਦ ਵੀ ਇਹਨਾਂ ਨੂੰ ਵਟਸਐਪ ਕਰ ਸਕਦੇ ਹੋ ਜੋ ਕਿ ਨੀਚੇ ਵਾਲਾ ਨੰਬਰ ਹੈ ਉਹ ਵਟਸਐਪ ਨੰਬਰ ਹੀ ਹੈਗਾ ਪਰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਫਿਰ ਉਸ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਪਰ ਜਿਹੜਾ ਕੀ ਪ੍ਰੋਸੀਜਰ ਹੋਏਗਾ ਉਹ ਸਮਝਾ ਦਿੱਤਾ ਜਾਏਗਾ ਸੋ ਸਰ ਟਿਪਸ ਦੀ ਹੁਣ ਜੇਕਰ ਅਸੀਂ ਗੱਲ ਕਰੀਏ ਜਾਂਦੇ ਜਾਂਦੇ ਕੀ ਟਿਪਸ ਸਾਡੀ ਆਡੀਅੰਸ ਨੂੰ ਦਿਓਗੇ ਤਾਂ ਕਿ ਉਹ ਘਰ ਬੈਠੇ ਹੀ ਉਹ ਚੀਜ਼ਾਂ ਕਰ ਲੈਣ ਅਤੇ ਉਹ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਹੀ ਨਾ ਹੋਣ ਕਹਿੰਦੇ ਕਿ ਬਿਮਾਰੀ ਆਉਣ ਤੋਂ ਪਹਿਲਾਂ ਹੀ ਰੋਕ ਦਿੱਤੀ ਜਾਵੇ ਦੇਖੋ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ ਕੈਂਸਰ ਦੇ ਅੰਦਰ ਜਿਹੜੇ ਕਾਮਨ ਟਿਪਸ ਯਾਦ ਰੱਖਣ ਦੀ ਲੋੜ ਹੈ ਸਭ ਤੋਂ ਪਹਿਲਾਂ ਅੱਜ ਆਪਾਂ ਮੈਜੋਰਿਟੀ ਲੋਕ ਸਟੀਲ ਦੇ ਭਾਂਡਿਆਂ ਦੇ ਅੰਦਰ ਚੀਜ਼ ਗਰਮ ਕਰ ਰਹੇ ਹਾਂ ਕੋਪਰ ਪਲੇਟਿਡ ਸਟੀਲ ਬਰਤਨ ਹੁੰਦੇ ਨੇ ਸਭ ਤੋਂ ਵੱਡੇ ਕਾਰਸੀਨੋਜੈਨਿਕ ਨੇ ਕੋਸ਼ਿਸ਼ ਕਰੋ ਕਿ ਸਟੀਲ ਦੇ ਭਾਂਡੇ ਨੂੰ ਗਰਮ ਕਰਕੇ ਚੀਜ਼ ਨਾ ਖਾਈ ਜਾਏ ਕਿਉਂਕਿ ਉਹ ਕਾਰਸੀਨੋਜੈਨਿਕ ਹੈ ਦੈਨ ਮਾਈਕ੍ਰੋਵੇਵਸ ਦਾ ਵਾਰ ਵਾਰ ਇਸਤੇਮਾਲ ਕਰਨਾ ਮਾਈਕ੍ਰੋਵੇਵਸ ਜਿਹੜੇ ਨੇ ਉਹਦੇ ਨਾਲ ਜਦੋਂ ਆਪਾਂ ਫੂਡ ਕੁੱਕ ਕਰਦੇ ਹਾਂ ਉਹ ਸਾਡੀ ਬੋਡੀਜ਼ ਵਾਸਤੇ ਸੇਫ ਨਹੀਂ ਹੈ ਕੋਸ਼ਿਸ਼ ਕਰੋ ਉਨਾ ਪਕਾਓ ਜਿੰਨਾ ਕਿ ਆਪਾਂ ਖਾ ਸਕੀਏ ਅਕਸਰ ਅਗਰ ਆਪਾਂ US ਕੈਨੇਡਾ ਦੀ ਗੱਲ ਕਰੀਏ ਲੋਕ ਬਹੁਤ ਬਿਜ਼ੀ ਹੁੰਦੇ ਨੇ ਬੜੇ ਬੜੇ ਦੇਰ ਤੱਕ ਖਾਣਾ ਸਟੋਰ ਕਰਕੇ ਰੱਖ ਲੈਂਦੇ ਨੇ ਮਾਲਕ ਦੀ ਦਇਆ ਦੇ ਨਾਲ ਆਪਣੇ ਪੰਜਾਬੀ ਕਲਚਰ 'ਚ ਤਾਜ਼ਾ ਖਾਣਾ ਖਾਣ ਦਾ ਹੀ ਵਿਧਾਨ ਹੈ ਲੇਕਿਨ ਆਪਾਂ ਵੀ ਕਿਤੇ ਨਾ ਕਿਤੇ ਆਪਣਾ ਕਲਚਰ ਖਰਾਬ ਕਰਕੇ ਪੈਕਡ ਪ੍ਰੋਸੈਸਡ ਕੈਂਡ ਫੂਡਸ ਖਾ ਰਹੇ ਹਾਂ ਕੋਸ਼ਿਸ਼ ਕਰੋ ਤਾਜ਼ਾ ਖਾਣਾ ਹੀ ਖਾਓ ਥੋੜ੍ਹਾ ਬਣਾ ਲਓ ਅਗਰ ਬਣਾਉਣ ਦਾ ਟਾਈਮ ਨਹੀਂ ਹੈ ਫਲ ਖਾ ਲਵੋ ਤੀਜਾ ਵੀਟ ਗ੍ਰਾਸ ਕਣਕ ਨੂੰ ਛੋਟੇ ਛੋਟੇ ਗਮਲਿਆਂ 'ਚ ਬੀਜ ਲਵੋ ਬੀਜ ਕੇ ਜਦੋਂ ਚੌਥੇ ਜਾਂ ਪੰਜਵੇਂ ਦਿਨ ਉਹਦੇ ਪੌਦੇ ਨਿਕਲਣ ਲੱਗਦੇ ਨੇ ਕੋਸ਼ਿਸ਼ ਕਰੋ ਉਹਨਾਂ ਛੋਟੇ ਛੋਟੇ ਸੈਪਲਿੰਗਸ ਨੂੰ ਉਹਨਾਂ ਦਾ ਰਸ ਕੱਢ ਕੇ ਉਹ ਖਾਲੀ ਪੇਟ ਲਿੱਤਾ ਜਾਵੇ ਇਹ ਛੋਟੀਆਂ ਜਿਹੀਆਂ ਦੋ ਤਿੰਨ ਚੀਜ਼ਾਂ ਨੇ ਅਗਰ ਆਪਾਂ ਕਰੀਏ ਤਾਂ ਕੈਂਸਰ ਵਰਗੇ ਭਿਆਨਕ ਰੋਗ ਤੋਂ ਬਹੁਤ ਵਧੀਆ ਤਰੀਕੇ ਨਾਲ ਬਚ ਸਕਦੇ ਹਾਂ ਜੀ
ਬਿਲਕੁਲ ਜੀ, ਆਪਾਂ ਕਹੀਏ ਤਾਂ ਸਟਾਰਟਿੰਗ ਦੇ ਵਿੱਚ ਵੀ ਛੋਟੇ ਛੋਟੇ ਜੇਕਰ ਜਿਵੇਂ ਕਿ ਸ਼ੋਅ ਦੇ ਵਿੱਚ ਟਿਪਸ ਦੱਸੇ ਜਾ ਰਹੇ ਨੇ, ਤੁਸੀਂ ਵੈਸੇ ਜਦੋਂ ਵੀ ਸ਼ੋਅ ਚੱਲਦਾ ਹੁੰਦਾ ਉਦੋਂ ਕਾਪੀ ਪੈਨ ਲੈ ਕੇ ਜ਼ਰੂਰ ਬੈਠ ਜਾਇਆ ਕਰੋ, ਕਿਉਂਕਿ ਇਹ ਛੋਟੇ ਛੋਟੇ ਟਿਪਸ ਨੇ ਪਰ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਨੇ। ਇਹਨਾਂ ਨੂੰ ਤੁਸੀਂ ਨੋਟ ਕਰ ਲਿਆ ਕਰੋ, ਬਾਕੀ ਕੋਈ ਵੀ ਪ੍ਰੋਬਲਮ ਹੈਗੀ ਹੈ ਕਾਲ ਤਾਂ ਤੁਸੀਂ ਕਰ ਹੀ ਸਕਦੇ ਹੋ। ਨੰਬਰ ਜਿਹੜੇ ਨੇ ਉਹ ਨੋਟ ਕਰਕੇ ਰੱਖ ਲਓ, ਆਪਣੇ ਕਿਸੇ ਡਾਇਰੀ ਦੇ ਵਿੱਚ ਨੋਟ ਕਰ ਲਓ ਤਾਂ ਕਿ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਉਦੋਂ ਤੁਸੀਂ ਡਿਸਕਸ ਕਰ ਸਕੋ। ਸੋ ਸਰ, ਲਾਸਟ ਦੇ ਵਿੱਚ ਟਾਈਮ ਤਾਂ ਸਾਡੇ ਕੋਲ ਘੱਟ ਬਚਿਆ, ਪਰ ਇੱਕ ਕੁਐਸਚਨ ਹੈ ਕਿ ਜਦੋਂ ਕੈਂਸਰ ਹੁੰਦਾ ਕਿਹਾ ਜਾਂਦਾ ਕਿ ਪਹਿਲੀ ਸਟੇਜ, ਦੂਜੀ, ਤੀਜੀ, ਮੰਨ ਲਓ ਕਿ ਥਰਡ ਸਟੇਜ 'ਤੇ ਜਦੋਂ ਕੈਂਸਰ ਪਹੁੰਚ ਜਾਂਦਾ ਕਿਹਾ ਜਾਂਦਾ ਕਿ ਹੁਣ ਤਾਂ ਇਹਦਾ ਟ੍ਰੀਟਮੈਂਟ ਨਹੀਂ ਹੋ ਸਕਦਾ, ਪਰ ਆਯੁਰਵੇਦ ਦੇ ਵਿੱਚ ਕੀ ਥਰਡ ਸਟੇਜ 'ਤੇ ਵੀ ਬੰਦੇ ਨੂੰ ਬਚਾਇਆ ਜਾ ਸਕਦਾ ਜੋ ਕੈਂਸਰ ਹੋਇਆ? ਦੇਖੋ, ਕੈਂਸਰ 'ਚ ਮੈਜੋਰਿਟੀ ਪੇਸ਼ੈਂਟਸ ਨੂੰ ਪਤਾ ਹੀ ਸੈਕਿੰਡ ਜਾਂ ਥਰਡ ਸਟੇਜ 'ਤੇ ਜਾਂਦਾ ਵਾ, ਔਰ ਬਿਲਕੁਲ ਥਰਡ ਸਟੇਜ ਦੇ ਉੱਪਰ ਵੀ ਜਦੋਂ ਪੇਸ਼ੈਂਟ ਕੈਂਸਰ ਨਾਲ ਜੂਝ ਰਿਹਾ ਵਾ, ਅਗਰ ਉਹਦਾ ਕੋਈ ਮੇਜਰ ਔਰਗਨ ਪੂਰੀ ਤਰ੍ਹਾਂ ਨਾਲ ਖਰਾਬ ਨਹੀਂ ਹੋ ਗਿਆ, ਉਹਨੂੰ ਬਚਾਇਆ ਜਾ ਸਕਦਾ। ਥਰਡ ਸਟੇਜ ਕੈਂਸਰ ਦੀ ਆਪਾਂ ਗੱਲ ਜਦੋਂ ਕਰਦੇ ਹਾਂ, ਉਹ ਕੈਂਸਰ ਹੈ ਜਿਹਦੇ ਅੰਦਰ ਕਿ ਮੈਟਾਸਟੈਸਿਸ ਹੋ ਕੇ ਮਲਟੀਪਲ ਔਰਗਨਸ ਇਨਵੋਲਵ ਨੇ। ਔਰਗਨਸ ਭਾਵੇਂ ਮਲਟੀਪਲ ਇਨਵੋਲਵ ਨੇ, ਲੇਕਿਨ ਅਗਰ ਔਰਗਨ ਪੂਰੀ ਤਰ੍ਹਾਂ ਦੇ ਨਾਲ ਡੈਮੇਜ ਨਹੀਂ ਹੋ ਗਿਆ ਕੈਂਸਰ ਦੇ ਕਰਕੇ, ਤਾਂ ਪੇਸ਼ੈਂਟ ਨੂੰ ਬਚਾਇਆ ਜਾ ਸਕਦਾ, ਉਹਨੂੰ ਬੜਾ ਵਧੀਆ ਜਿਹੜਾ ਵਾ ਟ੍ਰੀਟਮੈਂਟ ਦਿੱਤਾ ਜਾ ਸਕਦਾ ਵਾ, ਇਨਡੋਰ ਵੀ ਐਜ਼ ਵੈਲ ਐਜ਼ ਵਿਦ ਮੈਡੀਸਿਨਸ ਵੀ। ਸੋ ਬਿਲਕੁਲ ਜੀ, ਇਹ ਕਲੀਅਰ ਹੋ ਗਿਆ ਹੋਏਗਾ ਕਿ ਲਾਸਟ ਸਟੇਜ 'ਤੇ ਜਦੋਂ ਕੈਂਸਰ ਪਹੁੰਚ ਜਾਂਦਾ ਬਹੁਤ ਵਰੀ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਹੁਣ ਹੀ ਟ੍ਰੀਟਮੈਂਟ ਹੋ ਸਕਦਾ, ਪਰ ਉਦੋਂ ਵੀ ਇੱਕ ਹੋਪ ਦੀ ਕਿਰਨ ਜਿਹੜੀ ਆ ਹਮੇਸ਼ਾ ਹੀ ਰਹਿੰਦੀ ਹੈਗੀ ਆ। ਇਹਦੇ ਲਈ ਡਾਕਟਰ ਨਵਦੀਪ ਸ਼ਰਮਾ ਜੀ ਨੇ ਜੋ ਕਿ ਸਾਡੇ ਸ਼ੋਅ ਦੇ ਵਿੱਚ ਆਉਂਦੇ ਨੇ, ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਨੇ। ਬਾਕੀ ਅੱਗੇ ਤਾਂ ਤੁਸੀਂ ਕਦਮ ਚੁੱਕਣੇ ਨੇ, ਨੰਬਰ ਲਗਾਤਾਰ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਨੀ ਹੈਗੀ, ਆਪਣੀ ਪ੍ਰੋਬਲਮ ਜਿਹੜੀ ਆ ਉਹ ਡਿਸਕਸ ਕਰਨੀ ਆ। ਜੇਕਰ ਸੈਂਟਰਸ ਦੇ ਵਿੱਚ ਇਹਨਾਂ ਦੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਐਡਰੈਸ ਲੈ ਸਕਦੇ ਹੋ, ਕਾਲ ਕਰਕੇ ਤੁਸੀਂ ਉਹਨਾਂ ਸੈਂਟਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਸੈਂਟਰ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਨੇ ਬਲਕਿ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਵੀ ਹੈਗੇ ਨੇ। ਜਿਵੇਂ ਕਿ USA ਦੀ ਗੱਲ ਕਰ ਲਈਏ, ਕੈਲੀਫੋਰਨੀਆ, ਐਰੀਜ਼ੋਨਾ, ਨਿਊਯਾਰਕ, ਸੀਐਟਲ, ਇਹਨਾਂ ਦੇ ਵਿੱਚ ਵੀ ਸੈਂਟਰਸ ਨੇ ਐਡਰੈਸ ਪ੍ਰੋਪਰ ਲੈਣਾ ਹੈਗਾ, ਕਾਲ ਕਰਨੀਆਂ ਪੈਣਗੀਆਂ। ਸੋ ਥੈਂਕ ਯੂ ਸੋ ਮੱਚ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।